ਮਾਂ ਦੇ ਲਈ ਕੁਲਫੀ ਲੈਣ ਗਏ ਭਰਾ ਭਾਬੀ ਰਾਹ ਦੇ ਵਿੱਚ ਗੱਡੀ ਨੇ ਦਰੜ ਦਿੱਤੇ। ਮਾਂ ਕਰਦੀ ਰਹੀ ਘਰੇ ਕੁਲਫੀ ਅਤੇ ਆਪਣੇ ਬੱਚਿਆਂ ਦੀ ਉਡੀਕ, ਪਰ ਇੱਕੋ ਝਟਕੇ ਦੇ ਵਿੱਚ ਉਸਦੇ ਬੱਚਿਆਂ ਦੀ ਮੌਤ ਹੋ ਗਈ ਹੈ। ਜੀ ਹਾਂ, ਤਸਵੀਰਾਂ ਦੇਖੋ। ਇੱਕ ਹੱਸਦਾ ਵੱਸਦਾ ਪਰਿਵਾਰ ਜਿਸ ਦੇ ਵਿੱਚ ਇੱਕ ਮੁੰਡਾ, ਉਸਦੀ ਪਤਨੀ, ਉਸਦੀ ਮਾਂ ਰਹਿੰਦੇ ਸਨ। ਮਾਂ ਦੀ ਤਬੀਅਤ ਖਰਾਬ ਸੀ, ਘਬਰਾਹਟ ਹੋ ਰਹੀ ਸੀ, ਲਾਈਟ ਗਈ ਹੋਈ ਸੀ, ਜਿਸ ਕਰਕੇ ਮਾਂ ਦਾ ਆਈਸਕ੍ਰੀਮ ਖਾਣ ਦਾ ਮਨ ਕੀਤਾ। ਤਾਂ ਮਾਂ ਨੇ ਆਪਣੇ ਪੁੱਤ ਨੂੰ ਅਤੇ ਆਪਣੀ ਨੂੰਹ ਨੂੰ ਕਿਹਾ ਕਿ ਆਉਂਦੇ ਹੋਏ ਮੇਰੇ ਲਈ ਆਈਸਕ੍ਰੀਮ ਲੈ ਕੇ ਆਇਓ। ਜਦ ਉਹ ਦੋਨੋਂ ਰਾਹ ਦੇ ਵਿੱਚੋਂ ਘਰ ਵਾਪਸ ਪਰਤ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਗੱਡੀ ਤੇਜ਼ ਰਫ਼ਤਾਰ ਹੈ ਜੋ ਟੱਕਰ ਮਾਰ ਦਿੰਦੀ ਹੈ, ਜਿਸ ਕਰਕੇ ਉਹਨਾਂ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਦਰਅਸਲ ਤੁਹਾਨੂੰ ਦੱਸੀਏ ਕਿ ਮੌਤ ਮੌਕੇ 'ਤੇ ਹੋ ਚੁੱਕੀ ਸੀ। ਇੱਕ ਨੂੰ ਸਿਵਲ ਹਸਪਤਾਲ ਲੈ ਕੇ ਗਏ ਅਤੇ ਇੱਕ ਨੂੰ DMC ਭਰਤੀ ਕਰਾਇਆ। ਪਹਿਲਾਂ ਦੋਹਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ ਸੀ। ਬਾਅਦ ਦੇ ਵਿੱਚ ਜਿਹੜੀ ਔਰਤ ਹੈ, ਜਿਹੜੀ ਨੂੰਹ ਹੈ, ਉਸਦੀ ਮੌਤ ਹੋ ਜਾਂਦੀ ਹੈ। ਮੁੰਡੇ ਨੂੰ DMC ਰੈਫਰ ਕੀਤਾ ਜਾਂਦਾ ਹੈ। DMC ਦੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਤਾਂ ਬੇਹੱਦ ਵੱਡਾ ਇਹ ਹਾਦਸਾ ਹੋਇਆ ਹੈ। ਮਾਂ ਦਾ ਰੋ ਰੋ ਬੁਰਾ ਹਾਲ ਹੈ, ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਦੇਖ ਹੀ ਸਕਦੇ ਹੋ ਤਸਵੀਰਾਂ ਕਿ ਕਿਵੇਂ ਮਾਂ ਜਿਹੜੀ ਹੈ ਉਹ ਰੋ ਰੋ ਕੇ ਆਪਣੇ ਪੁੱਤ ਨੂੰ ਵਾਪਸ ਬੁਲਾ ਰਹੀ ਹੈ। ਤਾਂ ਦੇਖੋ ਲੁਧਿਆਣੇ ਦੇ ਸ਼ਿਮਲਾਪੁਰੀ ਇਲਾਕੇ ਦੀਆਂ ਇਹ ਤਸਵੀਰਾਂ ਜਿੱਥੇ ਵੱਡਾ ਹਾਦਸਾ ਹੋਇਆ ਹੈ। ਮੈਂ 11-13 ਤੇ ਫੋਨ ਕੀਤਾ ਆਪਣੀ ਬੇਟੀ ਨੂੰ। ਮੈਂ ਕਿਹਾ ਮੈਨੂੰ ਘਬਰਾਹਟ ਹੋ ਰਹੀ ਹੈ, ਮੇਰੇ ਲਈ ਕੁਲਫੀ ਲੈ ਕੇ ਆਈ। ਅਤੇ ਇੰਨੇ ਨੂੰ 11-20 'ਤੇ ਵੀ ਅਸੀਂ ਫੋਨ ਕੀਤਾ, 25 'ਤੇ ਕੀਤਾ, 30 'ਤੇ ਕੀਤਾ, ਸਾਨੂੰ ਕੋਈ ਖਬਰ ਨਹੀਂ ਆਈ। ਮੇਰਾ ਬੱਚਾ ਜਿਹੜਾ ਮੁੰਡਾ ਸੀ ਉਹ ਗੁੱਸਾ ਕਰ ਗਿਆ, ਕਹਿੰਦਾ ਭਾਬੀ ਫੋਨ ਨਹੀਂ ਚੱਕ ਰਹੀ। ਇੰਨਾ ਨਹੀਂ ਪਤਾ ਸਾਨੂੰ ਕਿਸੇ ਨੇ ਉਹਦਾ ਸਿਮ ਪਾ ਕੇ ਸਾਨੂੰ ਫੋਨ ਕੀਤਾ ਕਿ ਉਹ ਤਾਂ ਵੀ ਮੈਂ ਸਿਵਲ ਹਸਪਤਾਲ ਲੈ ਕੇ ਚੱਲਿਆ ਵਾਂ, ਸਾਡੇ ਰੋਂਗਟੇ ਖੜ੍ਹੇ ਹੋ ਗਏ ਕਿ ਇੰਨੀਆਂ ਸੱਟਾਂ ਕਿੱਦਾਂ ਲੱਗ ਗਈਆਂ ਮੇਰੇ ਬੱਚਿਆਂ ਨੂੰ ਜਿਹੜੇ ਲੈ ਕੇ ਚੱਲੇ ਨੇ। ਅਸੀਂ ਗਏ ਅਤੇ ਉੱਥੇ ਬਿਲਕੁਲ ਹੀ ਉਹ ਵੀ ਡੈਡ ਸੀ। ਅਸੀਂ ਇਹ 11:45 ਦਾ ਟਾਈਮ ਸੀ ਜਦੋਂ ਅਸੀਂ ਹਸਪਤਾਲ ਪਹੁੰਚੇ ਹਾਂ। ਡੈਥ ਹੋ ਚੁੱਕੀ ਸੀ ਉਹਦੀ। ਸਮਾਨ ਵੀ ਉਹਦਾ ਕੋਈ ਉਹਨੇ ਜਿਹੜਾ ਪਾਇਆ ਸੀ ਉਹ ਵੀ ਲਾ ਚੁੱਕੇ ਸੀ, ਕੋਈ ਨਹੀਂ ਹੈਗਾ ਸੀ, ਸਮਾਨ ਵੀ ਉਹਨੇ ਪਾਇਆ ਹੋਇਆ। ਮੇਰੇ ਭਰਾ ਭਰਜਾਈ ਆਪਣੇ ਮੰਮੀ ਡੈਡੀ ਨੂੰ ਉਧਰ ਮਿਲਣ ਗਏ ਸੀਗੇ, ਸਹੁਰੇ ਪਰਿਵਾਰ ਵੱਲ ਸ਼ਿਮਲਾਪੁਰੀ। ਅਤੇ ਉੱਧਰੋਂ ਵਾਪਸੀ ਆਉਂਦੇ ਹੋਏ ਪ੍ਰੀਤ ਪੈਲਸ ਵਾਲੀ ਰੋਡ ਵਾਲੀ ਸਾਈਡ 'ਤੇ ਉੱਥੇ ਐਕਸੀਡੈਂਟ ਹੋਇਆ। ਪਿੱਛੋਂ ਦੀ ਕਾਰ ਆ ਰਹੀ ਸੀ, ਐਕਟਿਵਾ ਦੇ ਵਿੱਚ ਵੱਜੀ। ਅਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਿਸੇ ਨੇ ਪਤਾ ਚੱਲਿਆ ਸੀ, ਫੋਨ ਕਰ ਰਹੇ ਸੀਗੇ, ਫੋਨ ਚੱਕ ਨਹੀਂ ਰਹੇ ਸੀ, ਕਿਸੇ ਨੇ ਮੋਬਾਈਲ 'ਚ ਸਿਮ ਪਾ ਕੇ ਸਾਨੂੰ ਦੱਸਿਆ ਜਿੱਦਾਂ ਕਰਕੇ ਐਕਸੀਡੈਂਟ ਹੋ ਗਿਆ ਵਾ, ਤੁਸੀਂ ਸਿਵਲ ਹਸਪਤਾਲ ਪਹੁੰਚੋ। ਜਦੋਂ ਅਸੀਂ ਮੌਕੇ 'ਤੇ ਜਾ ਕੇ ਸਿਵਲ ਹਸਪਤਾਲ ਮਤਲਬ ਪਹੁੰਚੇ, ਉੱਥੇ ਮੇਰੇ ਭਾਬੀ ਜੀ ਆਪਣੇ ਦੇਖੇ, ਮੇਰੇ ਭਾਬੀ ਦੀ ਮੌਕੇ 'ਤੇ ਡੈਥ ਹੋ ਗਈ ਸੀਗੀ। ਚਲੋ ਉਸ ਤੋਂ ਬਾਅਦ ਦੂਜੀ ਐਂਬੂਲੈਂਸ ਆਈ, ਮੇਰੇ ਵੱਡੇ ਤੇ ਭਰਾ ਧਰਮਵੀਰ ਜੀ ਆਏ। ਧਰਮਵੀਰ ਜੀ ਨੇ ਜਦੋਂ ਮੈਂ ਜਦੋਂ ਦੇਖਿਆ ਆ ਕੇ, ਧਰਮਵੀਰ ਜੀ ਨੂੰ ਉਹ ਕਹਿਣ ਲੱਗੇ, ਮਤਲਬ ਮੈਂ ਕਹਿੰਦਾ ਉਹਨੂੰ ਉੱਥੇ ਲੈ ਜਾਂਦੇ DMC, ਕਹਿੰਦੇ ਨਹੀਂ ਪਹਿਲਾਂ ਅਸੀਂ ਪਹਿਲਾਂ ਸਿਵਲ 'ਚ ਸੀ, ਚੈੱਕ ਕਰਾਉਣਾ ਹੈਗਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਚੱਕ ਕੇ ਆਪਣਾ ਐਂਬੂਲੈਂਸ 'ਚ ਪਾਇਆ, DMC ਗਏ ਜੀ। ਉੱਥੇ ਵੀ ਮਤਲਬ ਕੁਛ ਟਾਈਮ ਲੱਗਿਆ, ਪਹਿਲਾਂ ਗੱਡੀ ਗੁੱਡੀ ਘੁੰਮਦੀ ਰਹੀ ਇੱਧਰ ਉੱਧਰ। ਉਸ ਤੋਂ ਬਾਅਦ ਮਤਲਬ ਕੁਛ ਦੇਰ ਉੱਥੇ ਰਹੇ, ਉਹਨਾਂ ਨੇ ਵੀ ਜਵਾਬ ਦਿੱਤਾ ਸੀ। ਹਾਂਜੀ, ਕੈਮਰੇ ਦੀ ਫੋਟੋ ਆਈ ਸੀ ਜੀ। ਉਹਨਾਂ ਨੇ ਮਤਲਬ ਪੁਲਿਸ ਨੇ ਕਾਰਵਾਈ ਕੋਈ ਕੀਤੀ ਨਹੀਂ, ਉਹ ਸਾਡੇ ਮਤਲਬ ਮੇਰੇ ਭਾਈ ਗਏ ਸੀਗੇ, ਉਹਨਾਂ ਨੇ ਕਾਰਵਾਈ ਆਪ ਮਤਲਬ
ਫੋਟੋ ਸੀ ਕਢਾਉਣੇ ਕਢਵਾਈ ਆ ਉੱਥੇ ਮਤਲਬ ਹਾਂਜੀ ਉੱਥੇ ਮਤਲਬ ਉਹ ਕਹਿ ਰਹੇ ਸੀਗੇ ਦੋ ਬੰਦੇ ਅਸੀਂ ਮੌਕੇ 'ਤੇ ਫੜੇ ਸੀਗੇ ਬੰਦੇ ਮਹਾਂਪੁਰਸ਼ ਇਹ ਪੰਜ ਹੈਗੇ ਜੀ ਅਸੀਂ ਮੈਂ ਕਹਿੰਦੇ ਸਾਡਾ ਇਨਸਾਫ ਹੋਵੇ ਜੀ ਐਫ ਆਈ ਆਰ ਲਿਖੀ ਪੁਲਿਸ ਨੇ ਹਾਂਜੀ ਐਫ ਆਈ ਆਰ ਕੀਤੀ ਹੈ ਜੀ ਪਰ ਮੈਨੂੰ ਉਹ ਦਬਕਾ ਮਾਰ ਰਿਹਾ ਸੀ ਜੀ ਉਹ ਹਾਂਜੀ ਢਿੱਲੀ ਚੱਲ ਰਹੀ ਹੈ ਜੀ ਹਾਂਜੀ ਮੰਗ ਰਹੇ ਕਾਰਵਾਈ ਕੀਤੀ ਜਾਵੇ ਜੀ ਲੱਗਦਾ ਕਿ ਸ਼ਰਾਬ ਪੀਤੀ ਹਾਂਜੀ ਸ਼ਰਾਬ ਰੱਬ ਪੀਤੀ ਉਹਨਾਂ ਨੇ ਖੁਦ ਕਿਹਾ ਜੀ ਸ਼ਰਾਬ ਪੀਤੀ ਸੀ ਮੇਰੇ ਕੋਲੇ ਬੈਠੇ ਸੀ ਉਹ ਐਂਬੂਲੈਂਸ ਦੇ ਵਿੱਚ ਹੀ ਬੈਠੇ ਸੀ ਦੋ ਮੁੰਡੇ ਮੇਰੇ ਨਾਲ ਮੁਲਾਜ਼ਾ ਹੋਇਆ ਹਾਂਜੀ ਹਾਂਜੀ ਮੁਲਾਜ਼ਾ ਹੋਇਆ ਜੀ ਹਾਂਜੀ ਹਾਂਜੀ ਪਰ ਸਾਨੂੰ ਰਿਪੋਰਟ ਨਹੀਂ ਹਜੇ ਕੋਈ ਆਈ ਜੀ